ਅਜੀਤ ਵੈੱਬ ਟੀ ਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਅੱਜ ਅਸੀਂ ਸੂਖਸ਼ਮ ਕਿਰਿਆਵਾਂ ਨੂੰ ਥੋੜ੍ਹਾ ਹੋਰ ਅੱਗੇ ਵਧਾਵਾਂਗੇ। ਪਿਛਲੇਰੀਆਂ ਦੋ ਕਿਸ਼ਤਾਂ ਦੇ ਵਿੱਚ ਅਸੀਂ ਪਿੱਠ ਦੇ ਭਾਰ ਲੇਟ ਕੇ ਕਰਨ ਵਾਲੀਆਂ ਸੂਖਸ਼ਮ ਕਿਰਿਆਵਾਂ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਔਰ ਅੱਜ ਅਸੀਂ ਪੇਟ ਦੇ ਬਲ ਲੇਟ ਕੇ ਕੀਤੀਆਂ ਜਾਣ ਵਾਲੀਆਂ ਸੂਖਸ਼ਮ ਕਿਰਿਆਵਾਂ ਦੇ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਤੋ ਸ਼ੁਰੂਆਤ ਸਦਾ ਹੀ ਨੋਰਮਲ ਬਰੀਦਿੰਗ ਤੋਂ ਕਰਨੀ ਹੁੰਦੀ ਆ, ਥੋੜ੍ਹੀ ਰਿਲੈਕਸੇਸ਼ਨ ਤੋਂ ਕਰਨੀ ਹੁੰਦੀ ਆ। ਤੋ ਸਭ ਤੋਂ ਪਹਿਲਾਂ ਅਸੀਂ ਜ਼ਮੀਨ 'ਤੇ ਪੇਟ ਦੇ ਭਾਰ ਲੇਟ ਜਾਵਾਂਗੇ, ਲੇਕਿਨ ਲੇਟਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਪੇਟ ਦੇ ਭਾਰ ਕਿਰਿਆਵਾਂ ਉਦੋਂ ਹੀ ਕੀਤੀਆਂ ਜਾ ਸਕਦੀਆਂ ਆ ਜਦੋਂ ਸਾਡਾ ਪੇਟ ਖਾਲੀ ਹੋਊਗਾ। ਭਾਵ ਸਵੇਰ ਦਾ ਸਮਾਂ ਇਸ ਲਈ ਉੱਤਮ ਸਮਾਂ ਆ ਜਦੋਂ ਅਸੀਂ ਰਾਤ ਦੇ ਖਾਧੇ ਨੂੰ 8-10 ਘੰਟੇ ਹੋ ਗਏ ਹੁੰਦੇ ਆ ਔਰ ਈਵਨ ਅਸੀਂ ਟੋਇਲਟ ਵਗੈਰਾ ਤੋਂ ਵੀ ਫਾਰਗ ਹੋ ਚੁੱਕੇ ਹੁੰਦੇ ਹਾਂ। ਤੋ ਪੂਰੀ ਤਰ੍ਹਾਂ ਪੇਟ ਖਾਲੀ ਹੁੰਦਾ ਆ ਉਸ ਵੇਲੇ ਪੇਟ ਦੀਆਂ ਕਿਰਿਆਵਾਂ ਕਰਨੀਆਂ ਸਾਰਿਆਂ ਤੋਂ ਉੱਤਮ ਹੈਗੀਆਂ। ਔਰ ਜੇ ਸਵੇਰੇ ਸਾਡੇ ਕੋਲ ਨਹੀਂ ਵੀ ਸਮਾਂ ਹੈਗਾ ਤਾਂ ਫਿਰ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਨੂੰ ਅਸੀਂ ਕਰਨੀਆਂ ਹੋਣ ਤਾਂ ਸਾਨੂੰ 4-5 ਘੰਟੇ ਦੁਪਹਿਰ ਦੇ ਖਾਣੇ ਨੂੰ ਹੋ ਗਏ ਹੋਣ ਤਾਂ ਫਿਰ ਅਸੀਂ ਇਹ ਕਿਰਿਆਵਾਂ ਕਰ ਸਕਦੇ ਹੈਗੇ ਹਾਂ। ਸੋ ਇਸ ਢੰਗ ਨਾਲ ਸ਼ੁਰੂਆਤ ਦੇ ਵਿੱਚ ਸਾਨੂੰ ਖਾਲੀ ਪੇਟ ਦੇ ਵਿੱਚ ਹੀ ਇਹ ਕਿਰਿਆਵਾਂ ਕਰਨ ਦੀ ਲੋੜ ਹੈਗੀ ਆ। ਤੋ ਪਹਿਲਾਂ ਮੈਂ ਹਥੇਲੀ 'ਤੇ ਹਥੇਲੀ ਰੱਖ ਕੇ ਉੱਪਰ ਮੱਥਾ ਔਰ ਠੋਡੀ ਜ਼ਮੀਨ ਦੇ ਨਾਲ ਪੈਰ ਥੋੜ੍ਹੇ ਖੋਲੂੰਗਾ ਔਰ ਫਿਰ ਅੱਡੀਆਂ ਅੰਦਰ ਲਗਾ ਕੇ ਅੱਡੀਆਂ ਨੂੰ ਹੋਰ ਖੋਲਿਆ ਔਰ ਇਸ ਢੰਗ ਨਾਲ ਅਸੀਂ ਰੈਸਟ ਤੋਂ ਰਿਲੈਕਸੇਸ਼ਨ ਤੋਂ ਹੀ ਸ਼ੁਰੂ ਕਰਨੀ ਆ। ਅਸੀਂ ਆਪਣੇ ਸਾਹਾਂ ਨੂੰ ਚੈੱਕ ਕਰਨਾ ਹੈਗਾ, ਸਾਡੇ ਸਾਹ ਨੋਰਮਲ ਹੋਣ। ਔਰ ਦੂਸਰਾ ਇਹਦਾ ਜਿਹੜਾ ਲੇਟਣ ਦਾ ਸਭ ਤੋਂ ਵੱਡਾ ਲਾਭ ਹੈਗਾ ਕਿ ਸਾਡੇ ਸਰੀਰ ਦੇ ਮੈਕਸੀਮਮ ਪਾਰਟਸ ਜਿਹੜੇ ਫਰੰਟ ਪਾਰਟਸ ਹੈਗੇ ਆ ਉਹ ਗਰਾਊਂਡ ਨੂੰ ਟੱਚ ਕਰਦੇ ਹੈਗੇ ਔਰ ਧਰਤੀ ਦੀ ਗ੍ਰੈਵੀਟੇਸ਼ਨ ਦੇ ਵਿੱਚ ਦੇ ਸੰਪਰਕ 'ਚ ਆਉਂਦੇ ਆ, ਧਰਤੀ ਦੀ ਖਿੱਚ ਸ਼ਕਤੀ ਦੇ ਵਿੱਚ ਨਾਲ ਉਹਨਾਂ ਦਾ ਸੰਪਰਕ ਹੁੰਦਾ ਹੈਗਾ। ਔਰ ਇਸ ਢੰਗ ਨਾਲ ਜਿਵੇਂ ਹੁਣ ਸਪੋਜ਼ ਮੈਂ ਲੇਟਿਆ ਹੋਇਆ, ਮੇਰਾ ਪੈਰ ਗਿੱਟੇ ਔਰ ਪਿੰਜਣੀਆਂ ਗੋਡੇ ਪੱਟ ਪੇਟ ਛਾਤੀ ਔਰ ਕੂਹਣੀਆਂ ਔਰ ਹਥੇਲੀਆਂ ਔਰ ਠੋਡੀ ਇਹ ਸਾਰੇ ਪਾਰਟ ਜ਼ਮੀਨ ਨੂੰ ਟੱਚ ਕਰ ਰਹੇ ਆ ਔਰ ਇਸ ਢੰਗ ਨਾਲ ਇਹਨਾਂ ਨੂੰ ਧਰਤੀ ਦੀ ਖਿੱਚ ਸ਼ਕਤੀ ਦੇ ਨਾਲ ਤਾਕਤ ਮਿਲਦੀ ਹੈਗੀ। ਔਰ ਪਹਿਲਾਂ ਕੁਝ ਨੋਰਮਲ ਬਰੀਦਿੰਗ ਦੇ ਬਾਅਦ ਫਿਰ ਕੁਝ ਲੰਬਾ ਸਾਂਸ ਛੱਡਿਆ ਔਰ ਖਾਲੀ ਪੇਟ ਦੇ ਨਾਲ ਧਰਤੀ ਨੂੰ ਦਬਾਇਆ ਔਰ ਫਿਰ ਦੂਸਰੀ ਵਾਰ ਤੀਸਰੀ ਵਾਰ ਚੌਥੀ ਵਾਰ ਇਸ ਕਿਰਿਆ ਨੂੰ ਕੀਤਾ ਜਾ ਸਕਦਾ ਹੈਗਾ ਖਾਲੀ ਪੇਟ ਦੇ ਨਾਲ। ਯਾਨੀ ਖਾਲੀ ਪੇਟ ਕਿੱਦਾਂ ਹੋਊਗਾ, ਪੂਰਾ ਸ਼ਵਾਸ ਬਾਹਰ ਛੱਡ ਦੇਣਾ ਹੈਗਾ, ਪੇਟ ਮੈਕਸੀਮਮ ਕੰਟਰੈਕਟ ਹੋ ਜਾਊਗਾ, ਅੰਦਰ ਵੱਲ ਨੂੰ ਵੱਧ ਤੋਂ ਵੱਧ ਸਿਕੜ ਜਾਊਗਾ ਔਰ ਫਿਰ ਅਸੀਂ ਖਾਲੀ ਪੇਟ ਦੇ ਨਾਲ ਧਰਤੀ ਨੂੰ ਦਬਾਵਾਂਗੇ। ਸੋ ਇਹ ਸਾਡੇ ਨੋਰਮਲ ਬਰੀਦਿੰਗ ਦੇ ਬਾਅਦ ਥੋੜ੍ਹੀ ਡੀਪ ਬਰੀਦਿੰਗ ਵੀ ਹੋ ਗਈ ਔਰ ਨਾਲ ਦੀ ਨਾਲ ਥੋੜ੍ਹਾ ਜਿਹਾ ਪੇਟ ਐਕਟੀਵੇਟ ਹੋ ਗਿਆ ਔਰ ਹੁਣ ਅਸੀਂ ਪੇਟ ਦੇ ਬਲ ਕੀਤੀਆਂ ਜਾਣ ਵਾਲੀਆਂ ਸੂਖਸ਼ਮ ਕਿਰਿਆਵਾਂ ਨੂੰ ਸ਼ੁਰੂ ਕਰਾਂਗੇ। ਪੈਰਾਂ ਨੂੰ ਜੋੜਾਂਗੇ, ਹੱਥ ਉੱਪਰ ਜੋੜ ਲਵਾਂਗੇ, ਹੱਥਾਂ ਦਾ ਲੌਕ ਲਗਾ ਕੇ ਇੱਕ ਉਂਗਲੀ ਚਾਹੀਏ ਤਾਂ ਸਿੱਧੀ ਵੀ ਰੱਖ ਸਕਦੇ ਹੈਗੇ ਔਰ ਇਸ ਢੰਗ ਨਾਲ ਜਦੋਂ ਹੱਥ ਉੱਪਰ ਵੱਲ ਖਿੱਚਾਂਗੇ ਪੈਰ ਜੋੜ ਕੇ ਪੈਰ ਪਿੱਛੇ ਵੱਲ ਨੂੰ ਹੋਣਗੇ ਤਾਂ ਇੰਨੇ ਦੇ ਨਾਲ ਹੀ ਸਾਡੇ ਪੇਟ ਦੇ ਉੱਤੇ ਕੁਝ ਖਿਚਾਵ ਔਰ ਕੁਝ ਦਬਾਵ ਆ ਗਿਆ। ਹੁਣ ਖਿਚਾਵ ਔਰ ਦਬਾਵ ਦੇ ਨਾਲ ਨਾਲ ਅਸੀਂ ਪੇਟ ਦੀ ਮਾਲਿਸ਼ ਵੀ ਕਰਨੀ ਹੈਗੀ ਤਾਂ ਅਸੀਂ ਕੀ ਕਰਾਂਗੇ, ਪਹਿਲੀ ਕਿਰਿਆ ਦੇ ਵਿੱਚ ਸੱਜੀ ਸਾਈਡ ਵੱਲ ਨੂੰ ਲੁੜਕਾਂਗੇ ਔਰ ਫਿਰ ਵਾਪਸ ਆਵਾਂਗੇ ਔਰ ਫਿਰ ਖੱਬੀ ਸਾਈਡ ਵੱਲ ਨੂੰ ਲੁੜਕਾਂਗੇ ਔਰ ਫਿਰ ਵਾਪਸ ਆਵਾਂਗੇ ਔਰ ਇਸ ਢੰਗ ਨਾਲ ਸਾਡੇ ਪੇਟ ਦੀ ਬੜੀ ਪਿਆਰੀ ਮਾਲਿਸ਼ ਹੁੰਦੀ ਹੈਗੀ। ਸਾਨੂੰ ਕਿਸੇ ਕੋਲੋਂ ਕਰਾਉਣ ਦੀ ਬਜਾਏ ਅਸੀਂ ਖੁਦ ਹੀ ਪੇਟ ਨੂੰ ਮਸਲ ਰਹੇ ਹਾਂ, ਪੇਟ ਨੂੰ ਰਗੜ ਰਹੇ ਹਾਂ, ਪੇਟ ਦੀ ਮਾਲਿਸ਼ ਹੋ ਰਹੀ ਆ ਔਰ ਪੇਟ ਦੇ ਅੰਦਰ ਜਿੰਨੇ ਵੀ ਔਰਗਨ ਹੈਗੇ ਉਹ ਸਾਰੇ ਇਹਦੇ ਨਾਲ ਐਕਟੀਵੇਟ ਹੁੰਦੇ ਹੈਗੇ। ਸਪੋਜ਼ ਸਾਡੇ ਖੱਬੇ ਪਾਸੇ ਮਿੱਦਾ ਹੈਗਾ, ਸਟੋਮਿਕ ਹੈਗਾ ਔਰ
ਪੈਨੀਕ੍ਰੀਆਸ ਹੈਗੀ, ਸਪਲੀਨ ਹੈਗੀ, ਔਰ ਜਦੋਂ ਅਸੀਂ ਖੱਬੀ ਸਾਈਡ ਵੱਲ ਨੂੰ ਮੁੜਦੇ ਹਾਂ ਇਹ ਸਾਰੇ ਅੰਗਾਂ ਨੂੰ ਮਾਲਿਸ਼ ਹੁੰਦੀ ਹੈਗੀ। ਜਦੋਂ ਅਸੀਂ ਸੱਜੀ ਸਾਈਡ ਵੱਲ ਘੁੰਮਦੇ ਹਾਂ ਤਾਂ ਫਿਰ ਸਾਡੇ ਸੱਜੀ ਸਾਈਡ ਵੱਲ ਲਿਵਰ ਹੈਗਾ, ਪਿੱਤਾ ਹੈਗਾ, ਔਰ ਜਦੋਂ ਅਸੀਂ ਸੱਜੀ ਸਾਈਡ ਥੱਲੇ ਲਿਜਾਂਦੇ ਹਾਂ ਤਾਂ ਲਿਵਰ ਦੀ ਔਰ ਪਿੱਤੇ ਦੀ ਮਾਲਿਸ਼ ਹੁੰਦੀ ਹੈਗੀ, ਔਰ ਨਾਲ ਨਾਲ ਪੇਟ ਦੇ ਵਿੱਚ ਅੰਤੜੀਆਂ, ਛੋਟੀ ਅੰਤੜੀ, ਵੱਡੀ ਅੰਤੜੀ ਆ, ਉਹਨਾਂ ਦੀ ਮਾਲਿਸ਼ ਹੁੰਦੀ ਹੈਗੀ। ਸੋ ਇਸ ਢੰਗ ਨਾਲ ਅਸੀਂ 10-15 ਵਾਰ 20 ਵਾਰ ਇਹ ਕਿਰਿਆ ਕਰ ਸਕਦੇ ਹੈਗੇ ਹਾਂ ਕਿ ਪੇਟ ਨੂੰ ਅਸੀਂ ਉਹਦੀ ਮਾਲਿਸ਼ ਕਰ ਰਹੇ ਹਾਂ। ਖੱਬੇ ਔਰ ਸੱਜੇ ਲੁੜਕਣਾ ਹੈਗਾ, ਖੱਬੀ ਵੱਖੀ ਤੱਕ ਜਾਓ ਔਰ ਫਿਰ ਸੱਜੀ ਵੱਖੀ ਤੱਕ ਜਾਓ, ਔਰ ਇਸ ਢੰਗ ਨਾਲ ਅਸੀਂ ਇੱਕ ਕਿਰਿਆ ਨੂੰ ਸੰਪੰਨ ਕੀਤਾ। ਔਰ ਹੁਣ ਦੂਸਰੀ ਕਿਰਿਆ, ਇੱਕ ਵੱਖੀ ਵਾਲੇ ਪਾਸੇ ਰੁਕਾਂਗੇ ਔਰ ਉੱਪਰਲਾ ਗੋਡਾ ਮੋੜਾਂਗੇ ਔਰ ਪੈਰ ਨੂੰ ਪਕੜਾਂਗੇ, ਫਿਰ ਸਾਹ ਭਰਦੇ ਹੋਏ ਅੱਡੀ ਨੂੰ ਦੂਰ ਖਿੱਚਾਂਗੇ ਔਰ ਉੱਪਰਲਾ ਹੱਥ ਅਸੀਂ ਮਰੋੜ ਸਕਦੇ ਹੈਗੇ ਹਾਂ ਔਰ ਹੱਥ ਖਿੱਚ ਸਕਦੇ ਹੈਗੇ ਹਾਂ। ਅੱਡੀ ਨੂੰ ਦੂਰ ਖਿੱਚਣਾ ਹੈਗਾ ਸਾਹ ਭਰਦੇ ਹੋਏ, ਔਰ ਫਿਰ ਸਾਹ ਛੱਡਦੇ ਹੋਏ ਵਾਪਸ ਜਾਵਾਂਗੇ ਹੱਥ ਉੱਪਰ ਪੈਰ ਨੀਚੇ, ਔਰ ਫਿਰ ਦੂਸਰੇ ਪਾਸੇ ਘੁੰਮ ਜਾਵਾਂਗੇ, ਫਿਰ ਦੂਸਰਾ ਪੈਰ ਮੋੜਾਂਗੇ, ਗੋਡਾ ਮੋੜ ਕੇ ਪੈਰ ਪਕੜਾਂਗੇ, ਸਾਹ ਭਰਦੇ ਹੋਏ ਅੱਡੀ ਨੂੰ ਦੂਰ ਖਿੱਚਾਂਗੇ ਔਰ ਉੱਪਰਲੇ ਹੱਥ ਨੂੰ ਚਾਹੀਏ ਤਾਂ ਅਸੀਂ ਮਰੋੜ ਸਕਦੇ ਹੈਗੇ ਹਾਂ। ਔਰ ਇਸ ਢੰਗ ਨਾਲ ਨੀਚੇ ਦਬਾਅ ਔਰ ਉੱਪਰ ਖਿਚਾਵ ਆ ਗਿਆ, ਔਰ ਇਸ ਢੰਗ ਨਾਲ ਇੱਕ ਰਾਊਂਡ ਬਣਿਆ। ਸਾਹ ਭਰਦੇ ਹੋਏ ਇੱਕ ਸਾਈਡ ਵੱਲ ਜਾਓ, ਸਾਹ ਛੱਡਦੇ ਹੋਏ ਵਾਪਸ, ਸਾਹ ਭਰਦੇ ਹੋਏ ਦੂਜੀ ਸਾਈਡ ਵੱਲ ਜਾਓ ਔਰ ਸਾਹ ਭਰਦੇ ਹੋਏ ਵਾਪਸ, ਇੱਕ ਦੋ। ਔਰ ਇਸ ਢੰਗ ਨਾਲ ਅਸੀਂ 10-15 ਵਾਰ ਇਸ ਕਿਰਿਆ ਨੂੰ ਕਰ ਸਕਦੇ ਹੈਗੇ ਹਾਂ ਔਰ 10-20 ਵਾਰ ਤੱਕ ਵੀ ਇਸ ਕਿਰਿਆ ਨੂੰ ਕਰ ਸਕਦੇ ਹੈਗੇ ਹਾਂ। ਹੁਣ ਤੀਸਰੀ ਕਿਰਿਆ, ਸਾਹ ਫਿਰ ਇੱਕ ਸਾਈਡ ਨੂੰ ਮੁੜੇ, ਉੱਪਰਲਾ ਹੱਥ ਸਾਹਮਣੇ ਜ਼ਮੀਨ 'ਤੇ ਲਗਾ ਦਿੱਤਾ ਔਰ ਉੱਪਰਲਾ ਗੋਡਾ ਮੋੜਿਆ, ਪੈਰ ਨੂੰ ਪੱਟ 'ਤੇ ਰੱਖਿਆ ਔਰ ਗੋਡੇ ਨੂੰ ਬਾਹਰ ਵੱਲ ਨੂੰ ਮੋਰਲੀ ਥੇਲੀ ਜ਼ਮੀਨ 'ਤੇ ਦਬਾ ਕੇ ਰੱਖੋ ਔਰ ਉੱਪਰਲਾ ਗੋਡਾ ਬਾਹਰ ਵੱਲ ਨੂੰ ਜਿੰਨਾ ਲਿਜਾ ਸਕਦੇ ਹੈਗੇ ਹਾਂ। ਸਾਹ ਭਰਦੇ ਹੋਏ ਇਹ ਕਿਰਿਆ ਕਰੋ ਔਰ ਸਾਹ ਛੱਡਦੇ ਹੋਏ ਹੱਥ ਉੱਪਰ ਪੈਰ ਵਾਪਸ, ਫਿਰ ਦੂਸਰੇ ਪਾਸੇ ਘੁੰਮ ਜਾਣਾ ਹੈਗਾ। ਉੱਪਰਲਾ ਹੱਥ ਜਿਹੜਾ ਸਾਹਮਣੇ ਜ਼ਮੀਨ 'ਤੇ ਲਗਾਉਣਾ, ਪੈਰ ਇਕੱਠਾ ਕਰਨਾ ਹੈਗਾ, ਗੋਡਾ ਮੋੜਦੇ ਹੋਏ ਪੈਰ ਪੱਟ 'ਤੇ ਰੱਖਣਾ ਹੈਗਾ। ਹੁਣ ਸੱਜਾ ਗੋਡਾ ਸੱਜੀ ਸਾਈਡ ਵੱਲ ਨੂੰ ਜਿੰਨਾ ਬਾਹਰ ਵੱਲ ਨੂੰ ਲਿਜਾ ਸਕਦੇ ਹੈਗੇ ਹਾਂ ਔਰ ਉੱਪਰਲਾ ਹੱਥ ਜ਼ਮੀਨ 'ਤੇ ਦਬਾ ਕੇ ਰੱਖਣਾ ਹੈਗਾ ਔਰ ਇਸ ਢੰਗ ਨਾਲ ਸਾਹ ਭਰਦੇ ਹੋਏ ਕਿਰਿਆ ਕਰਨੀ ਹੈਗੀ ਔਰ ਫਿਰ ਵਾਪਸ ਜਾਣਾ ਹੈਗਾ। ਇਹ ਇੱਕ ਰਾਊਂਡ ਹੋਇਆ, ਸਾਹ ਭਰਦੇ ਹੋਏ ਇੱਕ, ਸਾਹ ਛੱਡਦੇ ਹੋਏ ਦੋ, ਸਾਹ ਭਰਦੇ ਹੋਏ ਇੱਕ, ਸਾਹ ਛੱਡਦੇ ਹੋਏ ਦੋ, ਸਾਹ ਭਰਦੇ ਹੋਏ ਇੱਕ, ਸਾਹ ਛੱਡਦੇ ਹੋਏ ਦੋ, ਸਾਹ ਭਰਦੇ ਹੋਏ ਇੱਕ, ਸਾਹ ਛੱਡਦੇ ਹੋਏ ਦੋ। ਔਰ ਇਸ ਢੰਗ ਨਾਲ ਅਸੀਂ ਇਸ ਨੂੰ ਵੀ 10-15 ਵਾਰ ਇਸ ਕਿਰਿਆ ਨੂੰ ਕਰ ਸਕਦੇ ਹੈਗੇ ਹਾਂ ਔਰ ਇਹਦੇ ਨਾਲ ਸਾਡੀ ਪੇਟ ਦੀ ਬੜੀ ਪਿਆਰੀ ਮਾਲਿਸ਼ ਹੋ ਜਾਂਦੀ ਹੈਗੀ। ਸੋ ਪੇਟ ਦੇ ਬਲ 3 ਸੂਖਸ਼ਮ ਕਿਰਿਆਵਾਂ ਅਸੀਂ ਗਤੀਆਤਮਕ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਇਸ ਤੋਂ ਇਲਾਵਾ ਜਿਹੜਾ ਅਸੀਂ ਹੋਰ ਕਰ ਸਕਦੇ ਹੈਗੇ ਹਾਂ, ਸਪੋਜ਼ ਹੱਥ ਪਿੱਛੇ ਰੱਖੇ ਠੋਡੀ, ਇਕੱਲੀ ਠੋਡੀ ਜਿਹੜੀ ਹੈ, ਹਥੇਲੀ 'ਤੇ ਹਥੇਲੀ ਰੱਖ ਕੇ ਉੱਤੇ ਠੋਡੀ ਰੱਖ ਸਕਦੇ ਹੈਗੇ ਹਾਂ ਔਰ ਥੋੜ੍ਹਾ ਜਿਹਾ ਸੱਜੇ ਵੱਲ ਨੂੰ ਔਰ ਥੋੜ੍ਹਾ ਜਿਹਾ ਖੱਬੇ ਵੱਲ ਨੂੰ। ਪੇਟ ਦੇ ਉੱਤੇ ਦਬਾਅ ਵੀ ਹੈ ਲੇਕਿਨ ਪੇਟ ਦੇ ਅਪਰ ਪੋਰਸ਼ਨ ਦੇ ਤੱਕ ਇਹਦਾ ਅਸਰ ਜਾਣਾ ਹੈਗਾ ਔਰ ਜਿਨ੍ਹਾਂ ਦੇ ਸਰਵਾਈਕਲ ਦੀ ਪ੍ਰੋਬਲਮ ਹੈਗੀ ਉਹਨੂੰ ਵੀ ਇਹਦੇ ਨਾਲ ਬੜਾ ਲਾਭ ਪੁੱਜਣਾ ਹੈਗਾ। ਸੱਜੇ ਪਾਸੇ ਵੱਲ ਗਏ ਵਾਪਸ, ਖੱਬੇ ਪਾਸੇ ਵੱਲ ਗਏ ਵਾਪਸ, ਸਾਹ ਛੱਡਦੇ ਹੋਏ ਗਏ, ਸਾਹ ਭਰਦੇ ਹੋਏ ਵਾਪਸ, ਸਾਹ ਛੱਡਦੇ ਹੋਏ ਗਏ, ਸਾਹ ਭਰਦੇ ਹੋਏ ਵਾਪਸ, ਫਿਰ ਇੱਕ ਮੁੱਠੀ ਦੇ ਉੱਤੇ ਠੋਡੀ ਟਿਕਾ ਕੇ ਇਹੀ ਕਿਰਿਆ, ਜਾਣੀ ਥੋੜ੍ਹੀ ਜਿਹੀ ਛਾਤੀ ਉੱਠ ਗਈ, ਪੇਟ ਦੇ ਉੱਤੇ ਥੋੜ੍ਹਾ ਜਿਹਾ ਦਬਾਅ ਹੋਰ ਵੱਧ ਗਿਆ ਔਰ ਇੱਦਾਂ ਬੜੇ ਸਲੋਅ ਜਾਣਾ ਹੈਗਾ ਔਰ 1 ਸੈਕਿੰਡ ਰੁਕਣਾ ਹੈਗਾ ਔਰ ਫਿਰ ਸਾਹ ਛੱਡਦੇ ਹੋਏ ਜਾਓ, ਸਾਹ ਭਰਦੇ ਹੋਏ ਆਓ, ਸਾਹ ਛੱਡਦੇ ਹੋਏ ਜਾਓ, ਸਾਹ ਭਰਦੇ ਹੋਏ ਆਓ। ਇਹਦੇ ਵਿੱਚ ਭੁੱਲ ਕੇ ਵੀ ਇੱਦਾਂ ਝਟਕੇ ਬਿਲਕੁਲ ਨਹੀਂ ਲਗਾਉਣੇ ਹੈਗੇ। ਯੋਗ ਦੇ ਵਿੱਚ ਅਸੀਂ ਬੜੇ ਸਮੂਥਲੀ, ਬੜੇ ਸਲੋਲੀ ਔਰ ਡੀਪਲੀ ਅਸੀਂ ਕਰਦੇ ਹੈਗੇ। ਥੋੜ੍ਹੀ ਜਿਹੀ ਠੋਡੀ ਨੂੰ ਹੋਰ ਉਠਾਵਾਂਗੇ, ਫਿਰ ਮੁੱਠੀ 'ਤੇ ਮੁੱਠੀ ਟਿਕਾ ਕੇ
उत्ते ठोडी हो गई, थोड़ी होर उची हो गई और बैकवर्ड बेंड भी हो गया और नाल दी नाल ट्विस्टिंग। हौली हौली सांस छड़दे हुए गए, सांस भरदे हुए वापस, सांस छड़दे हुए गए, सांस भरदे हुए वापस, सांस छड़दे हुए गए और सांस भरदे हुए वापस, सांस छड़दे हुए गए, सांस भरदे हुए वापस। ये गर्दन दी प्रॉब्लम्स भी जड़ियाँ आ वो दूर हुई। सर्वाइकल दे बारे किसी डिटेल नाल किसी वेले असी फिर लवेंगे। असी सिंपली सिंपल जी क्रियावां छाती दे उत्ते नूं उठाण दीआं क्रियावां और पेट दे उत्ते हल्का जिहा दबाव बनाउण दीआं क्रियावां कीतीआं। हुण असी थोड़ा जिहा सिर नूं होर उठाउण दी कोशिश करनी हैगी। हथ मोढ़िआं दे ठीक थले, कूहणियां शरीर दे नाल लगियां होईआं, पैर पिछे जुड़े हुए और सामने असी देख रहे हाँ। फिर असी सांस भरदे हुए ठोडी उठाउणी हैगी और सांस छड़दे हुए वापस, सांस भरदे हुए अप जाना हैगा और ये पेट के उपरले हिस्से के उत्ते खिचाव और पेट के निचले हिस्से से दबाव और सांस छड़दे हुए वापस, सांस भरदे हुए अप, सांस छड़दे हुए डाउन, सांस भरदे हुए अप, सांस छड़दे हुए डाउन, सांस भरदे हुए अप, सांस छड़दे हुए डाउन। और इस ढंग नाल 10 तो 15 बार इस क्रिया नूं असी कर सकते हैगे आ। और फिर असी जिहड़ा है दोनों हथ जोड़ के असी थोड़ा उपर उठाउण की कोशिश करनी। इहदे नाल बैकवर्ड बेंड भी होगा और खिचाव भी पैदा होगा उपरले हिस्से दे विच। सांस भरदे हुए अप और डाउन, सांस भरिया अप डाउन, अप डाउन। इन्हां दे नाल पेट दे निचले हिस्से ते दबाव पैंदा हैगा और पेट दा उपरला हिस्सा उपर नूं उठदा हैगा। सांस भरदे अप और डाउन, अप और डाउन। और इस नूं असीं हुण इदां भी कर सकदे हैगे आ कि मतलब पिछले हिस्से नूं भी थोड़ा जिहा आपां एक्टिवेट करना हैगा और इस ढंग नाल कूहणियां नीचे लगा के कूहणियां ठीक मोढ़िआं दे थले, हथेलियां सामने और उपरले हिस्से की थोड़ी जी बैकवर्ड बेंडिंग हो गई। हुण निचले हिस्से नूं भी असी जदों बेंड करन दी कोशिश करांगे तो उहदे नाल पेट दे उपर और निचले दोनों हिस्सों ते खिचाव आया, सेंटर वाले हिस्से ते दबाव आया। यानी इस ढंग नाल सपोज असी अड्डी मोड़ के नेड़े शरीर दे लगाए और वापस, शुरू शुरू च अड्डी नहीं भी लगती तो कोई एड्डी चिंता वाली गल नहीं है। और फिर असी थोड़ी जी कोशिश करांगे तो अड्डी जिहड़ी आ वो साडी शरीर दे नाल लगनी शुरू हो जूगी। और जे इदां भी ना लगे तो असी इस तरह कर सकते हैगे आ, पैर पकड़ के ऐं दबाओ पेट दी सज्जी साइड दे उत्ते दबाव निचले हिस्से ते और वापस। फिर खब्बा पैर मोड़िया पकड़िया, अड्डी शरीर दे नाल लगाई और पेट दे निचले हिस्से ते दबाव आया और वापस, सांस भरदे हुए और सांस छड़दे वापस, सांस भरदे हुए, सांस छड़दे हुए वापस, सांस भरदे हुए, सांस छड़दे हुए वापस, सांस भरदे हुए, सांस छड़दे हुए वापस। इस ढंग नाल असी पेट दे उपरले हिस्से नूं उठाउण दी कोशिश कीती, पेट दे निचले हिस्से नूं उठाउण दी कोशिश कीती और इह सारियां क्रियावां गतिआत्मक रूप च कीतीआं। और फिर हुण असी दोनों पैर मोड़दे हुए असी पैरां नूं पकड़ सकदे हां और ठोडी नीचे सांस भर के ठोडी दबाने और पैर खिंचने हैगे और इहदे नाल पेट दे उत्ते भी दबाव पैंदा हैगा। रिलैक्स, फिर सांस भरिया, ठोडी दबाई और अड्डियां नूं भी खिंचिया। रिलैक्स, सांस भरिया, ठोडी दबाई और पैरों नूं दूर खिंचिया एंड रिलैक्स। सो इस ढंग नाल हल्की क्रिया तो बाद थोड़ी मुश्किल दे विच बढ़ सकते हैं। सिंपल धनुरासन, सांस भरदे हुए सिर चकांगे, गोडे जिन्ने क चक सकते हैं, पैर जिन्ने दूर खिंच सकते हैं और इत्थे असी रुक सकते हैं। और अखां बंद करके हौली हौली असी लंबी फूक लगावांगे
पेट खाली हुंदा जाऊगा और साडा गोडे और मोढ़े थोड़े जे उठते जाएंगे, फूक मारांगे गोडे और मोढ़े होर उठणगे, फूक मारांगे गोडे और मोढ़े होर उठणगे। और इस ढंग नाल जिन्ना कसी उठ सकते हैं उठना हैगा। और फिर असी कुछ देर लई, कुछ सैकेंड दे लई, असी 10-15 सैकेंड दे लई रुक भी सकते हैगे। और इदां ही असी खब्बे सज्जे भी लुढ़क सकते हैं। इनू पार्श्व धनुरासन कहने, वक्खी वाला धनुरासन, इदां खब्बी साइड वाल और सज्जी साइड वाल। और इस ढंग नाल एक क्रियावां असी कर सकते हैं। और इस ढंग नाल फिर जदों सानू लगू साडा सांस थोड़ा तेज हो गया, हुण असी रिलैक्सिंग पोजिशन दे नाल समाप्ति वाल वध रहे हैं, सज्जा कन्न लगावांगे, मोरली कूनी मोढे दे सामने, मोरला गोडा हिप दे सामने, पंज चार गहरे लंबे सांस, सब्जी करवट लेटन दे नाल खब्बी नास खुल जूगी। और जिन्हां लोगों का बीपी बढ़ता है उहदे लई भी ये उत्तम क्रिया है, सज्जी करवट लेट के उपरली खब्बी नास खुल जूगी, वह 10 मिनट भी लेट सकते हैं। और फिर इहदे उल्ट हुण खब्बी करवट लेटना हैगा और सज्जी कूनी सज्जे मोढ़े सामने और खब्बा गोडा खब्बे कमर के सामने। और इस ढंग नाल पिछला हाथ सीधा, उंगलां ढिलियां मुड़ियां हुई, और पहला नॉर्मल ब्रीदिंग और फिर डीप ब्रीदिंग। और डीप ब्रीदिंग ना की होगा, तुहाडे सांस तुहाडी खुशी हुई शक्ति वापस आ जूगी, जिन्ने क सांस उखड़े सी वह नॉर्मल हो जाएंगे, पेट के हरेक भाग में रिलैक्सेशन मिल जूगी। और खाना खाने के बाद सानू सदा ही ऐस करवट खब्बी करवट लेटना चाहिए हैगा 10 मिनट के लिए। ये उपरली सज्जी नास जी जो बंद भी हो गए तो थोड़ी देर बाद खुल जाती है, और फिर उन शरीर में गरमाइश तत्व मिलता हैगा और खाना जल्दी हजम होता है। तो इदा सज्जी खब्बी करवट लेट के असी रिलैक्स हो जाना हैगा। और सब तो अखीर दे विच असी फिर जिथों शुरू किया हथेली तो हथेली उपर मत्था ठोडी जमीन नाल पैर खोले, अड्डियां अंदर लगाइया, अड्डियां होर खोलियां। और इस ढंग नाल ये भी शावासन का एक रूप हैगा, पेट के बल शावासन। और ये नाल पेट नूं मजबूती और ताकत भी मिलती है, पेट नूं रिलैक्सेशन भी मिलती है, और पेट दियां प्रॉब्लम्स घटनिया शुरू हो जाएं, गैस कब्ज़ मोटापा इन्हां सारियां क्रियावां नूं असर लाभ पुजना शुरू हुंदा है, चर्बी ढलनी शुरू हुंदी है और मोटापा घटना शुरू हुंदा है। ये शुरुआत दियां गतियात्मक पेट दे वल दियां क्रियावां आ। आसना वल असी हजे गाहां जाके वधांगे, तो शुरुआती इंसान जिसने भी योग शुरू करना हैगा वो इदां पेट दे वल कुछ हल्के रूप दे विच इदां दियां क्रियावां कर सकदा हैगा। और इहदे नाल ही इस अज दे सैशन नूं असी इत्थे ही समाप्त करते हैं। और सारे दर्शकों का बहुत बहुत धन्यवाद। और जल्दी ही असी अगली किश्त जिहड़ी आ वो तुहाडे कोल नवीं जानकारी दे नाल लैके हाजिर होवांगे। बहुत बहुत धन्यवाद जी।